ਸੰਨ 47 ਤੋਂ ਪਹਿਲਾਂ ਜੇਕਰ ਲੜਕੀ ਕੋਈ ਬਾਹਰ ਸਟੇਜ 'ਤੇ ਗਾਉਂਦੀ ਜਨਾਨੀ, ਉਹਨੂੰ ਕੀ ਕਹਿੰਦੇ ਹੁੰਦੇ? ਕੰਜਰੀ। ਹੁਣ ਜੇ ਕਿਸੇ ਨੂੰ ਕੋਈ ਕੰਜਰੀ ਕਹਿ ਦੂਗਾ, ਅਗਲਾ ਅੱਧੇ ਪਿੰਡ ਨੂੰ ਮਾਰ ਦੂ। ਬੀਬੀ ਜੀ ਕਹਿਣਗੇ, ਬੀਬਾ ਜੀ ਕਹਿਣਗੇ। ਉਹਨਾਂ ਅਸੀਂ ਤਾਂ ਰੱਟੇ ਲਾ ਲਾ ਕੇ ਕਰਦੇ ਹਾਂ, ਬਹੁਤ ਔਖੇ ਯਾਦ ਕਰਦੇ ਹਾਂ। ਸਾਰੇ ਆਏ ਹਾਂ, ਅੱਜ ਕੱਲ੍ਹ ਕਿਸੇ ਮੂਹਰੇ ਚੱਲਣੇ ਨੇ ਡੈਰੀਆਂ ਜਿਹੜੇ ਬੋਲਣ ਵਾਲੇ ਨੇ, ਚਾਹੇ ਕਿਤਾਬ ਇੱਧਰਲੇ ਪਾਸੇ ਰੱਖੀ, ਚਾਹੇ ਇੱਧਰਲੇ, ਚਾਹੇ ਮੂਹਰੇ। ਇਹੋ ਜਿਹੇ ਪੜ੍ਹੇ ਲਿਖੇ ਜਦੋਂ ਮਿਲਦੇ ਨੇ, ਉਹ ਵੀ ਇਸ ਗੱਲ ਨੂੰ ਕਹਿੰਦੇ ਨੇ ਵੀ ਇਹ ਚੀਜ਼ ਮੂਹਰੇ ਆਉਣੀ ਚਾਹੀਦੀ। ਪਤਾ ਨਹੀਂ ਚੰਗਾ ਨਹੀਂ ਲੱਗਦਾ, ਪਰ ਇਹ ਜਿਹੜੀ ਪਿਛੋਕੜ ਹੈ ਆਪਣੇ ਸਭਤਾ, ਕਈ ਲੋਕ ਤਾਂ ਇਹਨੂੰ ਸਾਡੇ ਜਦੋਂ ਕੋਲ ਹੁੰਦੇ ਨੇ ਉਹ ਤਾਂ ਕਹਿੰਦੇ ਨੇ ਵੀ ਆਹ ਆਨੰਦ ਆ ਗਿਆ, ਇਹ ਜ਼ਰੂਰ ਕਾਇਮ ਰੱਖਣਗੇ। ਪਰ ਉੱਥੇ ਜਾ ਕੇ ਸ਼ਾਇਦ ਭੁੱਲ ਜਾਂਦੇ ਨੇ, ਉਰੇ ਵੀ ਭੁੱਲੇ ਭੁਲਾਈ ਨੇ। ਇਹ ਪੁਰਾਤਨ ਸੱਭਿਆਚਾਰ ਦੀਆਂ ਪਾਰਟੀਆਂ ਸਿਰਫ ਸਾਡੇ ਪੰਜਾਬ ਦੇ ਵਿੱਚ 3-4 ਕੇ, ਪੁਰਾਣੇ ਬੁੜੇ ਲੰਘਦੇ ਜਾ ਰਹੇ ਨੇ, ਬਾਕੀ ਨਵੇਂ ਇਸ ਨੂੰ ਚਾਹੁੰਦੇ ਨਹੀਂ ਹੈਗੇ, ਪਰ ਅਸੀਂ ਵੀ ਲੰਘਣ ਨੂੰ ਤਿਆਰ ਹਾਂ। ਉਹ ਚੰਗੀ ਪੰਜਾਬ ਦੀ ਧਰਤੀ 'ਤੇ ਪਾਣੀ ਘਿਓ ਵਰਗਾ, ਚੰਗੀ ਪੰਜਾਬ ਦੀ ਧਰਤੀ ਪੰਜਾਂ ਦਰਿਆਵਾਂ ਵਿੱਚ ਵਸਦੀ ਏ ਪਰੀਏ, ਫਸਲਾਂ ਦੇ ਹੱਕ 'ਤੇ ਬਹੁਤ ਸੋਹਣੀ ਖਰੀਏ, ਕਿਤੇ ਨਰਮੇ ਦਾ ਗੁੱਲ ਕਿਤੇ ਸਰੋਂ ਦਾ ਹੈ ਫੁੱਲ, ਇਹ ਸਾਗ ਸਰੋਂ ਦਾ ਕੁਣਕਾ ਗੂੰਗਲੂ ਸਿਓ ਵਰਗਾ, ਚੰਗੀ ਪੰਜਾਬ ਦੀ ਧਰਤੀ ਪਾਣੀ ਘਿਓ ਵਰਗਾ। ਮੇਰਾ ਜਨਮ ਹੋਇਆ 1947 ਦੇ ਵਿੱਚ, ਜਦੋਂ ਹੱਲੇ ਪਏ ਨੇ, ਉਦੋਂ ਮੈਂ 2-1.5 ਸਾਲ ਦਾ ਹੈਗਾ ਸੀ। ਉਦੋਂ ਖਾਸ ਕਰਕੇ ਮੁਸਲਮਾਨ ਲੋਕਾਂ ਨੂੰ ਮਾਰਦੇ ਸੀ, ਅਤੇ ਸਾਡੇ ਬਜ਼ੁਰਗਾਂ ਨੂੰ ਵੀ ਲੁਕ ਲੁਕ ਕੇ ਆਪਣਾ ਟਾਈਮ ਪਾਸ ਕਰਨਾ ਪਿਆ। ਪਰ ਸਾਡੇ ਪਿੰਡ ਲਿਸ਼ਕਾਣੀ ਦੇ ਨਗਰ ਦੇ ਜਿਹੜੇ ਉਸ ਮੌਕੇ ਆਗੂ ਸੀ, ਨੰਬਰਦਾਰ ਪੰਚ ਸਰ, ਆਪਣੇ ਨੰਬਰਦਾਰ ਸੂਬੇਦਾਰ ਸਾਹਿਬ, ਇਹਨਾਂ ਨੇ ਸਾਨੂੰ ਸਾਰਿਆਂ ਨੂੰ, ਜਿੰਨੇ ਵੀ ਪਿੰਡ ਵਿੱਚ ਮੁਸਲਮਾਨ ਸੀਗੇ, ਸਾਰਿਆਂ ਨੂੰ ਇੰਨੀ ਸੰਭਾਲ ਕਰੀ ਤਾਂ ਕਿ ਪਹਿਰੇ ਵੀ ਲਾ ਕੇ ਰੱਖੇ ਵੀ ਸਾਡੇ ਪਿੰਡ ਵਿੱਚ ਕੋਈ ਬਾਹਰਲਾ ਬੰਦਾ ਆ ਕੇ, ਸਾਡੇ ਪਿੰਡ ਦੀ ਬਸਤੀ ਦੇ ਜੋ ਲੋਕ ਨੇ ਇਹਨਾਂ ਨੂੰ ਕੋਈ ਤੰਗ ਨਾ ਕਰੇ। ਮੇਰਾ ਨਾਮ ਸੁਰਜੀਤ ਖਾਂ ਹੈ ਜੀ, ਸੁਰਜੀਤ ਖਾਂ। ਇੱਕ ਹੁੰਦਾ ਖਾਨ, ਮੇਰਾ ਇਕੱਲਾ ਖਾਂ ਹੈ ਜੀ, ਸੁਰਜੀਤ ਖਾਂ। ਪਿੰਡ ਸਾਡਾ ਲਿਸ਼ਕਾਣੀ ਹੈ, ਜ਼ਿਲ੍ਹਾ ਪਟਿਆਲਾ, ਦੇਸਰਾਜ ਲਿਸ਼ਕਾਣੀ ਮੇਰੇ ਪਿਤਾ ਜੀ ਨੇ ਜੀ। ਉਹਨਾਂ ਨਾਲ ਸਾਨੂੰ ਜੁੜਿਆ ਨੂੰ ਹੋ ਗਏ 35-36 ਸਾਲ। ਮੈਂ 12-13 ਦਾ ਸਾਲਾਂ ਦਾ ਉਦੋਂ ਹੈਗਾ ਸੀ ਜਿੱਦਾਂ ਮੈਂ ਇਸ ਲਾਈਨ 'ਚ ਪਿਆ। ਮੇਰਾ ਨਾਮ ਪਹਿਲਾਂ ਜੀ ਹੱਲਿਆਂ 'ਚ ਤਾਜ ਮੁਹੰਮਦ ਸੀਗਾ। ਉਦੋਂ ਫਿਰ ਜਦੋਂ ਅੰਮ੍ਰਿਤ ਛਕਾਇਆ ਗਿਆ, ਉਦੋਂ ਸਾਡੇ ਬੁੜਾ ਬੁੜੀ ਉਹ ਲੱਗ ਗਏ ਕਹਿਣ, ਹੋਰ ਵੀ ਲੋਕ ਲੱਗ ਗਏ ਕਹਿਣ ਵੀ ਇਹਦਾ ਨਾਮ ਦੇਸ਼ ਰੱਖ ਦਿਉ ਜੀ, ਦੇਸ਼ ਰਾਜ ਰੱਖਤਾ ਜੀ। ਮੈਂ ਫਿਰ ਤਾਂ ਦੇਸ਼ ਰਾਜ ਚੱਲਿਆ ਜੀ। ਤਾਜ ਮੁਹੰਮਦ ਤਾਂ ਕੋਈ ਉਹ ਕਹਿੰਦਾ ਜਿਹੜਾ ਪਹਿਲੇ ਜਾਣਦੇ ਹੀ ਤੇ। ਅੱਜ ਕੱਲ੍ਹ ਦੇ ਪ੍ਰੋਗਰਾਮ ਦੇ ਜਿਹੜੇ ਪੁਰਾਤਨ ਅਖਾੜੇ ਨੇ ਜੀ, ਇਹ ਤਾਂ ਚਲੋ ਕੀ ਕਹਿਣਾ, ਕਿਤੇ ਮਹੀਨੇ 'ਚ 2-4 ਮਿਲ ਗਏ, ਕੋਈ ਕੋਈ ਮੁਹਾਲੀ ਵੀ ਚਲਾ ਜਾਂਦਾ। ਬਾਕੀ ਜਿਹਾ ਜਿਵੇਂ ਤੁਸੀਂ ਸਾਡੇ ਸਾਹਮਣੇ ਬੈਠੇ ਹੋ, ਇਹ ਕਾਕਾ ਜੀ ਖੜ੍ਹੇ ਨੇ, ਇਹੋ ਜਿਹੇ ਪੜ੍ਹੇ ਲਿਖੇ ਜਦੋਂ ਮਿਲਦੇ ਨੇ, ਉਹ ਵੀ ਇਸ ਗੱਲ ਨੂੰ ਕਹਿੰਦੇ ਨੇ ਵੀ ਇਹ ਚੀਜ਼ ਮੂਹਰੇ ਆਉਣੀ ਚਾਹੀਦੀ। ਜਦੋਂ ਅਸੀਂ ਕਾਲਜਾਂ ਵਿੱਚ ਜਾਂ ਯੂਨੀਵਰਸਿਟੀ ਪਟਿਆਲੇ ਜਾਂਦੇ ਹਾਂ, ਹੋਰ ਕਿਸੇ ਕਾਲਜਾਂ 'ਚ ਵੀ ਮੌਕਾ ਮਿਲਦਾ, ਪੜ੍ਹੇ ਲਿਖੇ ਤਾਂ ਬੱਚੇ ਇਸ ਗੱਲ ਨੂੰ ਬਹੁਤ ਉਤਸ਼ਾਹ ਦਿੰਦੇ ਨੇ, ਪਰ ਜਿਹੜੇ ਨਾ ਪੜ੍ਹੇ ਨੇ ਨਾ ਛੱਡੇ ਨੇ ਬਈ, ਉਹ ਨਹੀਂ ਇਸ ਗੱਲ ਨੂੰ ਚੰਗਾ ਸਮਝਦੇ। ਦੁਆਵਾਂ ਕਰਦੇ ਹਾਂ ਬਾਬੇ ਅੱਗੇ ਜਦ ਵੀ ਆਉਂਦੇ ਹਾਂ, ਜਦ ਅੱਖ ਖੁੱਲ੍ਹੇ ਜਾਂ ਜਦ ਵੀ ਕਹਿੰਦੇ ਵੀ ਮਾਲਕ ਸੱਚੇ ਪਾਤਸ਼ਾਹ ਨੂੰ ਜਿਉਂਦੀ ਰੱਖ। ਪਹਿਲਾਂ ਮੈਂ ਆਪਣੇ ਬੱਚਿਆਂ ਨੂੰ ਸਿਖਾਇਆ, ਉਸ ਤੋਂ ਬਾਅਦ ਆਪਣੇ ਪੋਤਰੇ ਨੂੰ ਸਿਖਾਇਆ, ਪੋਤਿਆਂ ਨੂੰ, ਉਹਦੇ ਬਾਅਦ ਤੁਹਾਡੇ ਸਾਹਮਣੇ ਉਹ ਸਾਹ ਮੁਖਤਾ ਸਾਹ ਕਰਨਾ ਕਰਕੇ ਸਿਖਾ ਨਹੀਂ ਪੜੋਸਦੇ ਨੇ, ਉਹਨੂੰ ਵੀ ਕਹਿੰਦੇ ਵੀ ਤੂੰ ਵੀ ਸਿੱਖ। ਚੌਥੀ ਪੀੜ੍ਹੀ ਤੱਕ, ਚੌਥੀ ਪੀੜ੍ਹੀ ਤੱਕ ਤਾਂ ਅਸੀਂ ਆ ਗਏ, ਬਾਕੀ ਆਪਣੇ ਚੇਲਿਆਂ ਨੂੰ ਵੀ ਸਿਖਾਇਆ, ਬੱਚਿਆਂ ਨੂੰ, ਕਈਆਂ ਨੂੰ। ਆਸਥਾ ਰੱਖਦੇ ਹਾਂ ਵੀ ਜੇ ਚੱਲ ਜੇ ਚੰਗੀ ਗੱਲ ਹੈ ਜੀ, ਅੱਗੇ ਰੱਬ ਦੀ ਮਰਜ਼ੀ। ਮੈਂ ਦੇਸਰਾਜ ਲਿਚਕਾਣੀ ਜੀ ਦਾ ਪੁੱਤਰ ਹਾਂ ਜੀ। ਮੇਰਾ ਜਨਮ 1991 ਦਾ ਜੀ, ਅਤੇ ਮੈਂ 13-14 ਕੁ ਸਾਲ ਦੀ ਉਮਰ ਦੇ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ। ਮੈਨੂੰ ਦਾਦਾ ਜੀ ਉਹਨਾਂ ਨੇ ਆਪਣੇ ਨਾਲ ਜੋੜ ਲਿਆ,
ਮੈਨੂੰ ਗਾਉਣਾ ਸਿਖਾਉਣਾ ਸ਼ੁਰੂ ਕਰ ਦਿੱਤਾ, ਦੱਸਣਾ ਸ਼ੁਰੂ ਕਰ ਦਿੱਤਾ, ਕਲੀਆਂ ਵਾਰਾਂ ਢੱਡ ਦੇ ਉੱਤੇ ਹੱਥ ਮਾਰਨਾ ਸ਼ੁਰੂ ਹੋ ਗਿਆ ਜੀ। ਹੌਲੀ ਹੌਲੀ ਸਿੱਖਦੇ ਸਿੱਖਦੇ ਅੱਜ ਵੀ ਸਿੱਖੀ ਰਿਹਾ ਜੀ। ਜਿਹੜੇ ਜੀ ਉੱਥੇ ਜਾ ਕੇ ਕਨੇਡਾ ਦੇ ਵਿੱਚ ਚਾਹੇ ਤਾਂ ਉਹ ਸਾਡੇ ਵਾਲੇ ਗਾਉਣ ਨੂੰ ਸੁਣਨ ਨੂੰ ਕੋਈ ਸ਼ਰਮ ਮੰਨਦੇ ਨੇ, ਜਾਂ ਪੜ੍ਹੇ ਲਿਖੇ ਜਿਵੇਂ ਤੁਸੀਂ ਪੈਂਟਾਂ ਪਾਈ ਬੈਠੇ ਹੋ, ਅਗਲਾ ਕਹਿੰਦਾ ਵੀ ਇੱਥੇ ਹੁਣ ਕਿੱਥੇ ਬੈਠਾਂਗੇ ਖੱਬਲਾਂ 'ਚ, ਕਿਉਂ ਸਾਡੇ ਵਾਲੇ ਦਾ ਸਿੱਧਾ ਸਾਦਾ ਪਰਨਾ ਵਿਛਾਇਆ, ਆਪਣੇ ਕੁਰਸੀ ਨਾਲੇ ਰੱਖਦੇ, ਪਰਨਾ ਦਾ ਕੁਰਸੀ ਹੁੰਦਾ, ਵਿਛਾਇਆ ਉੱਤੇ ਬਹਿ ਗਏ, ਕਦੇ ਇੱਕ ਜੇ ਬੜਿਆ ਤਿੰਨ ਚਾਰ ਬਹਿ ਜਾ, ਤੂੰ ਵੀ ਬਹਿ ਜਾ, ਤੂੰ ਬਹਿ ਜਾ। ਇਸ ਕਰਕੇ ਪਤਾ ਨਹੀਂ ਤਾਂ ਸ਼ਰਮ ਮੰਨਦੇ ਲੋਕ, ਪਤਾ ਨਹੀਂ ਚੰਗਾ ਨਹੀਂ ਲੱਗਦਾ, ਪਰ ਇਹ ਜਿਹੜੀ ਪਿਛੋਕੜ ਹੈ ਆਪਣੇ ਸਭਤਾ, ਕਈ ਲੋਕ ਤਾਂ ਇਹਨੂੰ ਸਾਡੇ ਜਦੋਂ ਕੋਲ ਹੁੰਦੇ ਨੇ ਉਹ ਤਾਂ ਕਹਿੰਦੇ ਨੇ ਵੀ ਆਹ ਆਨੰਦ ਆ ਗਿਆ, ਇਹ ਜ਼ਰੂਰ ਕਾਇਮ ਰੱਖਣੀ ਚਾਹੀਦੀ, ਪਰ ਉੱਥੇ ਜਾ ਕੇ ਸ਼ਾਇਦ ਭੁੱਲ ਜਾਂਦੇ ਨੇ। ਉਰੇ ਵੀ ਭੁੱਲੇ ਭੁਲਾਈ ਨੇ, ਆ ਸਾਡੇ ਕੋਲ ਪਰਸੋਂ ਸਾਈ ਆਈ, ਉਹ ਕਹਿੰਦੇ ਅਸੀਂ ਬੁਲਾਉਣਾ ਹੈਗਾ, ਉਹ ਮੰਗਦੇ ਨੇ 3 ਲੱਖ, ਤੁਹਾਡੀ ਮਰਜ਼ੀ ਆ। ਬੁੜੇ ਕਹਿੰਦੇ ਨੇ ਵੀ ਅਸੀਂ ਸਿਆਣੇ ਸਿਆਣੇ ਕਹਿੰਦੇ ਹਾਂ ਵੀ ਤੁਹਾਨੂੰ ਆ ਜਾਂਗੇ, ਸਾਡੇ ਨਾਲ ਸਾਰੀ ਡੇਟ ਪੱਕੀ ਕਰ ਲਈ ਉਹਨਾਂ ਨੇ, ਦੂਜੇ ਦਿਨ ਕਹਿੰਦੇ ਨਾ ਵੀ ਮੰਨਦੇ ਨਹੀਂ, ਦੂਜੇ ਦਿਨ ਖਤਮ ਗਿਆ ਗੱਲ। ਇਸ ਕਰਕੇ ਜਿਹੜੀ ਨਵੀਂ ਪਨੀਰੀ ਹੈ ਉਹ ਤਾਂ ਨਹੀਂ ਇਸ ਗੱਲ ਨੂੰ ਚੰਗਾ ਸਮਝਦੀ, ਪੁਰਾਣੇ ਬੁੜੇ ਲੰਘਦੇ ਜਾ ਰਹੇ ਨੇ, ਬਾਕੀ ਨਵੇਂ ਇਸ ਨੂੰ ਚਾਹੁੰਦੇ ਨਹੀਂ ਹੈਗੇ, ਪਰ ਅਸੀਂ ਵੀ ਲੰਘਣ ਨੂੰ ਤਿਆਰ ਹਾਂ। ਜਿਹੜੇ ਗਏ ਅਸੀਂ ਕੁੱਕ ਸਟੂਡੀਓ ਦੇ ਵਿੱਚ, ਉਹਦੇ ਵਿੱਚੋਂ ਉਦੋਂ ਪਹਿਲਾਂ ਅਸੀਂ ਲੱਕੀ ਓ ਲੱਕੀ ਫਿਲਮ 'ਚ ਗਾਇਆ, ਉਹ ਸਾਨੂੰ ਕਹਿੰਦੇ ਤੁਸੀਂ ਬੰਬਈ ਆਓ, ਠੀਕ ਹੈ ਜੀ। ਉਹ ਬੰਬਈ ਨਾ ਜਾਣ ਦਾ ਕਾਰਨ ਇਹ ਹੋਇਆ ਜੀ, ਮੈਨੂੰ ਪਤਾ ਵੀ ਜੇ 7-1 ਲਫ਼ਜ਼ ਗਲਤ ਲੱਗਦੇ ਹੋਣ, ਬੇਗੋੜਾ ਹੋ ਜੇ, ਬੇਸੁਰਾ ਹੋ ਜੇ, ਤਾਂ ਸਾਨੂੰ ਉਹਦੀ ਫਿਰ ਅੜਚਣ ਪੈਂਦੀ ਹੈ। ਮੈਂ ਕਿਹਾ ਵੀ ਖਬਰ ਹੈ ਫਿਲਮ ਦੇ ਵਿੱਚ ਕਿਵੇਂ ਗਾਉਣਾ ਹੈ, ਕੋਈ ਅੜਚਣ ਪੈ ਜੇ ਉੱਥੇ ਮੈਂ ਕਿੰਨੇ ਦਿਨ ਫੁੱਟ ਜਾਣ, ਮਹਾਂ ਜਾ ਨਹੀਂ ਸਕਦੇ। ਉਹ ਕਹਿੰਦੇ ਅਸੀਂ ਤੁਹਾਡੇ ਕੋਲ ਉਰੀ ਆ ਜਾਂਦੇ ਹਾਂ, ਮਾਂ ਜੀ ਸਦਕੇ ਆਓ, ਰੁਪਈਏ ਕਿੰਨੇ ਲਓਗੇ? ਮੈਂ ਕਿਹਾ ਵੀ ਮੈਂ ਜੇ ਘੱਟ ਦੱਸਦਾ ਫਿਰ ਕਿਤੇ ਘੱਟ ਨਾ ਰਹਿ ਜਾਣ, ਜੇ ਵੱਧ ਦੱਸਦਾ ਕਿਤੇ ਗਾਹਕ ਨਾ ਚਲਿਆ ਜਾਵੇ। ਮੈਂ ਵਿਚਾਰੀ ਪੈ ਗਿਆ, ਮੈਂ ਸੋਚ ਸੋਚ ਕੇ ਜੀ ਉਹਨਾਂ ਨੂੰ 20,000 ਰੁਪਇਆ ਕਿਹਾ। ਉਹ ਕਹਿੰਦੇ ਚਲੋ ਜੀ ਘੱਟ ਵੱਧ ਕਰ ਲਓ। ਮਹਾਂ ਇਹ ਤਾਂ ਠੀਕ ਹੈ ਜੀ। ਉਹ ਸਾਡੇ ਘਰ ਆਉਂਦੇ ਰਹੇ ਜੀ 4 ਦਿਨ, ਚੌਥੇ ਦਿਨ ਸਾਨੂੰ ਉਹ ਆਪਣੇ ਨਾਲ ਲੈ ਗਏ ਚੰਡੀਗੜ੍ਹ, ਕੋਕ ਆਪਣੇ ਚੰਡੀਗੜ੍ਹ ਲਿਜਾ ਕੇ ਸਾਨੂੰ ਸਟੂਡੀਓ ਦੇ ਵਿੱਚ ਉਹਨਾਂ ਨੇ ਸਾਡਾ ਗੀਤ ਕਰਾ ਲਿਆ, ਲੱਕੀ ਓ ਲੱਕੀ ਜੁਗਨੀ ਓ ਜੁਗਨੀ ਦੇ ਵਿੱਚ। ਉਹਦੇ ਬਾਅਦ ਸਾਡਾ ਕਿਤੇ ਨੰਬਰ ਪੜ੍ਹ ਲਿਆ ਇਹਨਾਂ ਨੇ, ਕੁੱਕ ਸਟੂਡੀਓ ਵਾਲਿਆਂ ਨੇ, ਜਿਹੜਾ ਕਿ ਉਹ ਕਾਕੇ ਦਾ ਨਾਂ ਹੈਗਾ ਜੀ ਸਲੀਮ ਸਰਬਾਨ ਜੱਗੀ। ਜੱਗੀ ਨੇ ਸਾਨੂੰ ਲੰਡਨ ਤੋਂ ਫੋਨ ਕਰਿਆ ਜੀ, ਕਹਿੰਦਾ ਮੈਂ ਇਸ ਵੇਲੇ ਲੰਡਨ ਬੈਠਾ, ਤੁਹਾਨੂੰ ਅਸੀਂ ਸੱਦਣਾ ਹੈਗਾ ਕੁੱਕ ਸਟੂਡੀਓ ਵਿੱਚ ਬੰਬਈ। ਹਾਂ ਜੀ, ਸਾਨੂੰ ਤਾਂ ਨਹੀਂ ਪਤਾ ਕੁੱਕ ਸਟੂਡੀਓ ਦਾ, ਨਾ ਅਸੀਂ ਤੁਹਾਡੇ ਵਾਲਾ ਗਾਉਣ ਜਾਣਦੇ ਹਾਂ। ਉਹ ਕਹਿੰਦਾ ਨਹੀਂ, ਅਸੀਂ ਤੁਹਾਡੀਆਂ ਕਲੀਆਂ ਦੇ ਵਿੱਚੋਂ, ਤੁਹਾਡੇ ਹੀ ਗਾਉਣ ਦੇ ਵਿੱਚੋਂ ਅਸੀਂ ਫਿੱਟ ਕਰ ਲੈਣਾ। ਹਾਂ ਨਹੀਂ ਜੀ, ਸਾਡੇ ਵਾਲੇ ਗਾਉਣ 'ਚੋਂ ਫਿੱਟ ਨਹੀਂ ਆਉਣਾ, ਸਾਡਾ ਤਾਂ ਗਾਉਣ ਸੁਣਨ ਵਾਲੇ ਨੇ ਪੇਂਡੂ ਲੋਕ ਆ ਜੀ, ਪੇਂਡੂ ਸਰੋਤ ਨੇ ਸਾਡੇ, ਤੁਸੀਂ ਬੈਠੇ ਹੋ ਲੰਡਨ ਗਵਾਉਣਾ ਬੰਬਈ 'ਚ, ਸਾਡਾ ਗਾਉਣ ਕਿੱਥੇ ਪਾਸ ਆਜੂ? ਉਹ ਕਹਿੰਦੇ ਨਹੀਂ ਤੁਸੀਂ ਡਰੋ ਨਾ। ਮੈਂ ਉਹਨਾਂ ਨੂੰ ਕਈ ਦਿਨ ਕਹਿੰਦਾ ਰਿਹਾ ਵੀ ਨਹੀਂ ਫਿੱਟ ਨਹੀਂ ਬੈਠਣੀ ਜੀ ਗੱਲ। ਉਹ ਕਹਿੰਦਾ ਜੀ ਤੁਸੀਂ ਬਾਬਾ ਜੀ ਡਰੋ ਨਾ, ਮੇਰੇ ਕਹਿੰਦੇ 1 ਰਾਤ ਆ ਜਾਓ ਸਾਡੇ ਕੋਲ। ਉਹਨਾਂ ਦੇ ਕਹੇ ਤੋਂ ਜੀ ਮੈਂ ਬੱਚਿਆਂ ਨਾਲ ਸਲਾਹ ਕਰੀ ਵੀ ਆਪਾਂ ਜਾਏ ਉਹਨਾਂ ਦੇਖ ਲੈਂਦੇ ਹਾਂ, ਕਿ ਬੱਚੇ ਕਹਿੰਦੇ ਬੜੇ ਜੀ ਖੁਸ਼ੀ ਦੀ ਗੱਲ ਹੈ। ਉਹਨਾਂ ਨੇ ਸਾਨੂੰ ਜਹਾਜ਼ ਦੇ ਟਿਕਟ ਕਰਾ ਕੇ ਭੇਜਤੇ, ਡੇਟ ਦੇ ਤੀ, ਇਸ ਡੇਟ ਨੂੰ ਅਸੀਂ ਪਹੁੰਚ ਗਏ ਜੀ ਉੱਥੇ। ਸਾਡੇ ਜਾਂਦਿਆਂ ਨੂੰ ਜੀ ਮੂਹਰੇ ਸਾਡੇ ਸੰਭਾਲ ਵਾਸਤੇ ਖੜ੍ਹੇ ਹੋ ਜਹਾਜ਼ ਅੱਡੇ ਦੇ ਵਿੱਚ, ਸਾਨੂੰ ਬੜੇ ਚਾਅ ਨਾਲ ਬੜੇ ਸਤਿਕਾਰ ਨਾਲ ਲੈ ਗਏ, ਲਿਜਾ ਕੇ ਸਲੀਮ ਸਲਮਾਨ ਦੇ ਸਾਹਮਣੇ ਸਾਨੂੰ ਪੇਸ਼ ਕਰਿਆ। ਉਹਨਾਂ ਨੇ ਸਾਨੂੰ ਦੇਖ ਕੇ ਸੁਣ ਕੇ ਪਹਿਲਾਂ ਤਾਂ ਐਂ ਕਰਿਆ ਵੀ ਇਹ ਸਾਡੇ ਕੈਸੇ ਬੰਦੇ ਨੇ, ਹੈ ਜੀ। ਚਲੋ ਉਹ ਜੱਗੀ ਨੂੰ ਵੀ ਲੱਗੇ ਕਹਿਣ ਯਾਰ ਤਾਂ ਇਹ ਕਿੱਥੋਂ ਲਿਆਂਦੇ। ਉਹ ਜੱਗੀ ਕਹਿੰਦਾ ਵੀ ਆਪਾਂ ਇਹਨਾਂ ਨੂੰ ਸੁਣੋ ਤਾਂ ਸਹੀ, ਮੈਂ ਉਹਨਾਂ ਨੂੰ ਬਹੁਤ ਕਲੀਆਂ ਸੁਣਾਈਆਂ ਜੀ, ਉਹ ਹੋਰ ਸੁਣਾ ਬਾਬਾ, ਹੋਰ ਸੁਣਾ ਬਾਬਾ, ਹੋਰ ਸੁਣਾ। ਫਿਰ ਜਦ ਮੈਂ ਇਹ ਸੁਣਾਈ ਆਲੇ ਆਲੇ ਸਭ ਜਾ, ਕਹਿੰਦਾ ਮੈਂ ਵੀ ਆਖਦੇ ਆਲੇ ਵੀ ਸਾਧੂ ਜਿਹਨਾਂ ਨੇ ਨਾਮ ਜਪ ਲਿਆ ਦੁਨੀਆਂ 'ਚ ਰਹਿਣ ਰਾਲੇ, ਕਹਿੰਦੇ ਇਹ ਫਿੱਟ ਹੈ। ਚਲੋ ਇਹ ਫਿੱਟ ਕਰਕੇ ਜੀ ਉਹਨਾਂ ਨੇ ਸਾਨੂੰ ਟਾਈਮ ਦਿੱਤਾ, ਕਹਿੰਦੇ 2 ਕੁ ਬੋਲ ਬਦਲੋ ਇਹ 2 ਕੁ ਲਫ਼ਜ਼। ਅਸੀਂ ਫਿਰ ਉਹ ਜਿਹੜਾ ਕਾਕਾ ਆਪਾਂ ਨੂੰ ਘਰ ਮਿਲਿਆ ਸੀ ਜੀ, ਉਹ ਅਤੇ ਉਹ ਫਿਰ ਅਸੀਂ ਕਿਹਾ ਵੀ ਇੱਥੋਂ 2 ਕੁ ਬੋਲ ਬਦਲਣੇ ਨੇ। ਉਹਦਾ ਨਾਂ ਹੈਗਾ ਜੀ ਇਕਬਾਲ ਮੁਹੰਮਦ, ਅਸੀਂ ਸੋਹਣੀ ਉਹ ਕਹਿ ਦਿੰਦੇ ਉਹਨੂੰ। ਉਹਨੇ ਫਿਰ ਬਦਲੇ ਜੀ ਇੱਥੇ, ਅੱਲਾ ਵਾਹਿਗੁਰੂ ਬੋਲ ਪਿਆਰੇ ਭਵ ਸਾਗਰ ਨੂੰ ਤਰ ਜਾਏਗਾ, ਪੀ ਕੇ ਪਿਆਲਾ ਮਸਤਾਂ ਦਾ ਤੂੰ ਪੌੜੀ ਸੁਰਗ ਦੀ ਚੜ੍ਹ ਜਾਏਗਾ, ਇਕਬਾਲ ਮਾਂਗ ਤੂੰ ਲੱਭ ਮੁਰਸ਼ਦ ਨਹੀਂ ਬਾਜ ਪੀਰ ਦੇ,
ਮਰ ਜਾਏਗਾ। ਇਹ ਤਿੰਨ ਬੋਲ ਸਾਨੂੰ ਫਿਰ ਉਹਨੇ ਬੰਬਈ ਬੈਠਿਆਂ ਨੂੰ ਦੇ ਦਿੱਤੇ। ਹੁਣ ਢੱਡ ਸਰੰਗੀ ਦਾ ਵੀ ਦੋ ਕਿਸਮ ਦਾ ਗਾਉਣ ਹੈ ਜੀ। ਇੱਕ ਤਾਂ ਹੋ ਗਿਆ ਇਤਿਹਾਸਕ, ਉਹਨਾਂ ਨੇ 12 ਹੀ ਗਾਉਣੀਆਂ ਨੇ, ਸ਼ਹੀਦੀਆਂ ਹੀ ਗਾਉਣੀਆਂ ਨੇ, ਉਹਨਾਂ ਨੇ ਲਿਬਾਸ ਵੀ ਆਪਣਾ ਪੂਰਾ ਰੱਖਣਾ। ਦੇਖੋ ਵੀਰ ਅਸੀਂ 12 ਇਤਿਹਾਸਕ ਬੋਲਣਾ, ਇੱਧਰਲੇ ਪਾਸੇ ਨੂੰ ਢੱਡ ਸਰੰਗੀ ਸਾਡੀ 6ਵੇਂ ਪਾਤਸ਼ਾਹ ਤੋਂ ਆਈ ਆ, ਨਹੀਂ ਉਦੋਂ ਪਹਿਲਾਂ ਤਾਂ ਰਾਜਪੂਤਾਂ ਦੇ ਗਾਉਣ ਗਾਉਣੇ ਜਾਂ ਪੂਰਨ ਭਗਤ ਹੀਰਾਂ ਜਿਹੇ ਇਹੋ ਜਿਹੇ ਕਿੱਸੇ ਬੋਲਣੇ। ਮਹਾਰਾਜ ਨੇ ਇਤਿਹਾਸਕ ਦੇ ਵਿੱਚ ਲਿਆਂਦੇ 6ਵੇਂ ਪਾਤਸ਼ਾਹ ਨੇ, ਉਸ ਤੋਂ ਫਿਰ ਇਹਨਾਂ ਨੂੰ ਲੱਗ ਗਏ ਢਾਡੀ 12 ਕਹਿਣ। ਹੁਣ ਜਿਹੜੇ ਸਿੰਘ ਨੇ 5 ਕੱਕਿਆਂ ਦੇ ਅਸਵਾਰ ਨੇ, ਰਹਿਤ ਤਾਂ ਉਹਨਾਂ ਦੀ ਸਾਨੂੰ ਦਿੰਦੀ ਆ ਵੀ ਹਾਂ ਸਾਹਮਣੇ ਆ, ਜਿਹੜੀ ਅੰਦਰੋਂ ਉਹਨਾਂ ਦੀ ਆਤਮਾ ਹੈ ਜਾਂ ਉਹਨਾਂ ਦੇ ਹੋਰ ਜਿਵੇਂ ਵਿਚਰਦੇ ਨੇ ਉਹਨਾਂ ਨੂੰ ਪਤਾ, ਕਈ ਥਾਂ ਪਤਾ ਵੀ ਲੱਗ ਜਾਂਦਾ ਸਾਨੂੰ ਵੀ ਇੱਥੇ ਆਹ ਕੰਮ ਕਰਦੇ ਨੇ, ਇੱਥੇ ਆਹ ਕੰਮ। ਜਿਹੜੇ ਹੁਣ ਅਸੀਂ ਹੈ, ਅਸੀਂ ਦਾੜੀਆਂ ਮੁੰਨੀ ਬੈਠੇ ਹਾਂ ਅਤੇ ਸਾਡਾ ਅੰਮ੍ਰਿਤ ਨਹੀਂ ਛਕਿਆ ਵਾ, ਸਹਿਧਾਰੀ ਹਾਂ, ਅਸੀਂ ਬੋਲੀ ਚਾਹੇ ਪ੍ਰਸੰਗੇ ਜਾਈਏ ਪਰ ਸਾਡਾ ਪ੍ਰਭਾਵ ਨਹੀਂ ਸਮਝਦੇ ਸਾਨੂੰ ਉਹ ਬਾਜੇ ਵਖਤਾਂ ਜੀ। ਇਹ ਕਹਿੰਦੇ ਨੇ ਵੀ ਤੁਸੀਂ ਇੱਥੇ ਬੋਲ ਨਹੀਂ ਸਕਦੇ, ਚਾਹੇ ਅਸੀਂ ਮਰਦਾਨੇ ਕੇ ਵੀ ਕਿਹਾ ਫਿਰ ਵੀ ਸਾਨੂੰ ਹੋਰ ਨਹੀਂ ਲੱਗਣ ਦੇ। ਕਹਿੰਦੇ ਪੂਰਾ ਕੱਕਿਆਂ ਜਾਓ, ਅੰਮ੍ਰਿਤਧਾਰੀ ਹੋਵੋ, ਫਿਰ ਤੁਹਾਨੂੰ ਬੋਲਣ ਦਾ ਇੱਥੇ ਸਮਾਂ ਮਿਲੂਗਾ। ਬਾਕੀ ਬੱਚਿਆਂ ਨੂੰ ਜਿਹੜਾ ਤੁਸੀਂ ਦੱਸਿਆ ਸਾਨੂੰ, ਹੁਣ ਜੇ ਤਾਂ ਦੁਕਾਨ 'ਚ ਸੌਦਾ ਵਿਕਦਾ ਰਹੇ, ਗਾਹਕ ਆਉਂਦਾ ਰਹੇ, ਫਿਰ ਦੁਕਾਨਦਾਰ ਕਹਿੰਦਾ ਵੀ ਆਹ ਵੀ ਸੌਦਾ ਪਾ ਲਵਾਂ, ਆਹ ਵੀ ਪਾ ਲਵਾਂ, ਵਧਾਵਾਂ ਹੋਰ। ਬਾਕੀ ਅਸੀਂ ਹੁਣ ਇੰਨਾ ਕੁ ਸਬਰ ਸ਼ੁਕਰ ਨਾਲ ਟਾਈਮ ਪਾਸ ਕਰਦੇ ਹਾਂ ਬਸ, ਬੱਚਿਆਂ ਨੂੰ ਵੀ ਇਹੀ ਆ। ਜਿੰਦਾਬੰਦੀ ਅਸੀਂ ਨਹੀਂ ਕਰ ਸਕਦੇ, ਇਹ ਜਿਹੜਾ ਕੋਈ ਕਿਸੇ ਦਾ ਭਵਖੰਡ ਖੋਲਿਆ ਹੋਵੇ ਜਾਂ ਪਿੰਗਲ ਪੜਿਆ ਹੋਵੇ ਉਹ ਕਰ ਸਕਦੇ ਨੇ, ਜਾਂ ਕਿਸੇ ਨੂੰ ਕੋਈ ਕੁਦਰਤੀ ਵਰ ਹੋਵੇ। ਅਸੀਂ ਤਾਂ ਰੱਟੇ ਲਾ ਲਾ ਕੇ ਕਰਦੇ ਹਾਂ, ਬਹੁਤ ਔਖੇ ਯਾਦ ਕਰਦੇ ਹਾਂ। ਜਿਹੜੀ ਪੁਰਾਣੀ ਗੱਲ ਨੂੰ ਯਾਦ ਕਰਨਾ, ਉਹਨੂੰ ਆਪਣੇ ਹਿਰਦੇ 'ਚ ਵਸਾਉਣਾ, ਲੰਬੀਆਂ ਚੀਜ਼ਾਂ ਨੂੰ ਯਾਦ ਰੱਖਣਾ। ਹਾਂ, ਹੁਣ ਦੇਖੋ ਵੀ ਸਾਰੇ ਆਏ ਆ, ਅੱਜ ਕੱਲ੍ਹ ਕਿਸੇ ਮੂਹਰੇ ਕਰ ਲੈਂਦੇ ਨੇ ਡੈਰੀਆਂ ਜਿਹੜੇ ਬੋਲਣ ਵਾਲੇ ਨੇ, ਚਾਹੇ ਕਿਤਾਬ ਇੱਧਰਲੇ ਪਾਸੇ ਰੱਖੀ ਹੈ ਚਾਹੇ ਇੱਧਰਲੇ ਚਾਹੇ ਮੂਹਰੇ। ਅਸੀਂ ਇਹਨੂੰ ਕਹਿੰਦੇ ਹਾਂ ਤਕਰੀਬਨ ਬਈ ਰੱਟਾ ਲਾ ਕੇ ਜਵਾਨੀ ਯਾਦ ਕਰੀਏ, ਜਵਾਨੀ ਉਹ ਗਾਉਂਦੇ ਹਾਂ, ਕੋਈ ਅਸੀਂ ਐਂ ਨਹੀਂ ਕਰਦੇ। ਜੇ ਕਿਤੇ ਇਤਿਹਾਸ ਬੋਲਣਾ ਹੁੰਦਾ ਤਾਂ ਤਕਰੀਬਨ ਫਿਰ ਲੋਕਾਂ ਦੀ ਵੀ ਅਸੀਂ ਵੀ ਕਰ ਲੈਂਦੇ ਹਾਂ ਵੀ ਕਿਤਾਬ ਇੱਧਰਲੇ ਪਾਸੇ ਕਾਪੀ ਰੱਖ ਲਓ ਬਈ, ਸਾਡੀ ਕਿਹੜਾ ਠੋਕ ਕੱਢਦੀ ਹੈ। ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਤਾਂ ਜੀ ਬਿਲਕੁਲ ਇਹਨੂੰ ਜ਼ਰੂਰ ਚਾਲੂ ਕਰ ਰਹੇ ਨੇ, ਉੱਥੋਂ ਇਹ ਜਨਮ ਵੀ ਚੀਜ਼ਾਂ ਉੱਥੋਂ ਹੀ ਲੈਂਦੀਆਂ ਨੇ। ਅੱਜ ਦੇ ਯੁੱਗ ਦੇ ਵਿੱਚ ਤੁੰਬੀ ਚੱਲੀ ਹੈ, ਉੱਥੋਂ ਹੀ ਚੱਲਿਆ, ਅਤੇ ਆ ਹੋਰ ਜਿਹੜੀਆਂ ਨੱਚਣੇ ਚੱਲੇ ਨੇ ਗਾਉਣ, ਕੁੜੀਆਂ ਦਾ ਨੱਚਣ ਚੱਲਿਆ, ਸਭ ਉੱਥੋਂ ਹੀ ਚੱਲਿਆ। ਸਨ 47 ਤੋਂ ਪਹਿਲਾਂ ਜੇਕਰ ਲੜਕੀ ਕੋਈ ਬਾਹਰ ਸਟੇਜ 'ਤੇ ਗਾਉਂਦੀ ਜਨਾਨੀ, ਉਹਨੂੰ ਕੀ ਕਹਿੰਦੇ ਹੁੰਦੇ? ਕੰਜਰੀ, ਉਹਨੂੰ ਕੰਜਰੀ ਕਹਿੰਦੇ ਹੁੰਦੇ। ਹੁਣ ਜੇ ਕਿਸੇ ਨੂੰ ਕੋਈ ਕੰਜਰੀ ਕਹਿ ਦੂਗਾ, ਅਗਲਾ ਅੱਧੇ ਪਿੰਡ ਨੂੰ ਮਾਰ ਦੂ, ਬੀਬੀ ਜੀ ਕਹਿਣਗੇ, ਬੀਬਾ ਜੀ ਕਹਿਣਗੇ ਉਹਨੂੰ। ਸੋ ਇਹ ਜਿਹੜਾ ਗਾਉਣ ਹੈ, ਇਹ ਗਾਉਣ ਹੈਗਾ ਸਰ ਜੀ ਆਖਰ ਮਰਦਾਂ ਦਾ, ਸੂਰਮਿਆਂ ਦਾ। ਜੇ ਲੜਕੀਆਂ ਗਾਉਂਦੀਆਂ ਨੇ 4 ਦੀਵਾਰੀ ਦੇ ਅੰਦਰ ਗਾਉਂਦੀਆਂ ਹੁੰਦੀਆਂ, ਵਿਆਹ ਕਾਰਜਾਂ 'ਚ ਗਾਉਂਦੀਆਂ, ਉਹ ਵੀ ਮੂੰਹ ਢੱਕ ਕੇ ਗਾਉਂਦੀਆਂ ਵੀ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਫਲਾਣੀ ਬੋਲਦੀ ਆ। ਹੁਣ ਨਿਸ਼ਾਂਗ ਅਗਲੇ ਕੱਪੜੇ ਵੀ ਲਾਹ ਲਾ ਛੱਡਦੀ ਆ ਵੀ ਮੇਰੇ ਕਹਿੰਦੇ ਦੇਖੋ ਸਾਰੀ ਦੁਨੀਆ ਹੈ ਜੀ। ਇਸ ਕਰਕੇ ਜਿਹੜਾ ਸਾਡਾ ਬੰਦਿਆਂ ਦਾ ਗਾਉਣਾ ਹੈ ਜਾਂ ਪੁਰਾਣੇ ਕਿੱਸੇ ਨੇ, ਇਹਨਾਂ ਨੂੰ ਤਾਂ ਸਾਨੂੰ ਭੰਡਾਰਿਆਂ ਦੇ ਵਿੱਚ ਜਾਂ ਕੋਈ ਕੋਈ ਵਿਆਹਾਂ 'ਚ ਵੀ ਸੱਦ ਲੈਂਦਾ, ਕਿਤੇ ਛਿੰਝ ਮੇਲਾ ਆਪਣਾ ਪੈਂਦਾ ਉੱਥੇ ਵੀ ਸੱਦ ਲੈਂਦੇ ਨੇ, ਇਹੋ ਜਿਹੇ ਪ੍ਰੋਗਰਾਮਾਂ 'ਚ ਹੁੰਦੇ ਨੇ, ਆਮ ਮੇਲੇ ਲੱਗਦੇ ਨੇ ਜਿਹੜੇ ਪਿੰਡਾਂ 'ਚ। ਜਦੋਂ ਸਾਨੂੰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕੋਈ ਟਾਈਮ ਦਿੱਤਾ ਜਾਂਦਾ ਜੀ, ਉੱਥੇ ਤਾਂ ਸਿਰਫ ਮਿੰਟੇ 5-10 ਹੁੰਦੇ ਨੇ, ਪਰ ਇੱਥੇ ਵੀ ਸਾਨੂੰ ਸਾਡੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕਈ ਵਾਰੀ 2-2 ਘੰਟੇ ਟਾਈਮ ਦਿੰਦੇ ਨੇ, ਪਰ ਇੱਥੇ ਅਸੀਂ ਇਹਨਾਂ ਨੂੰ ਵੰਨਗੀਆਂ ਹੀ ਸੁਣਾਉਂਦੇ ਹਾਂ। ਪੰਜਾਬੀ ਯੂਨੀਵਰਸਿਟੀ ਨੇ ਸਾਡਾ ਬੜਾ ਸਨਮਾਨ ਕੀਤਾ, ਭਾਸ਼ਾ ਵਿਭਾਗ ਵੱਲੋਂ ਜਿਹਨਾਂ ਨੇ 5 ਲੱਖ ਰੁਪਏ ਨਾਲ ਸਨਮਾਨ ਕੀਤਾ। ਅੱਛਾ ਜੀ, 11,000 ਨਾਲ ਸਨਮਾਨ ਕੀਤਾ, 30,000 ਨਾਲ ਸਨਮਾਨ ਕੀਤਾ ਸਾਡੀ ਭਾਸ਼ਾ ਵਿਭਾਗ ਨੇ, ਪੰਜਾਬੀ ਯੂਨੀਵਰਸਿਟੀ ਨੇ। ਜਿਹੜੇ ਅਸੀਂ ਅਖਾੜਿਆਂ ਦੇ ਵਿੱਚ ਆਮ ਗਾਉਂਦੇ ਹਾਂ, ਜਦੋਂ ਅਸੀਂ ਕਿਸੇ ਦੇ ਵਿਆਹ 'ਚ ਜਾਣਾ, ਕਿਸੇ ਭੰਡਾਰੇ ਜਾਣਾ, ਉੱਥੇ ਅਸੀਂ ਲੜੀ ਤੋਰਨੀ ਆ, ਜਿਹਨੂੰ ਕਹਿੰਦੇ ਨੇ ਇੱਕ ਕਿੱਸਾ, ਇੱਕ ਕਹਾਣੀ। ਜਿਹੜੇ ਆਮ ਮੇਲੇ ਨੇ, ਉਹਨਾਂ ਮੇਲਿਆਂ ਦੇ ਵਿੱਚ ਫਿਰ ਟੁੱਟਵੇਂ ਹੀ ਚੱਲਦੇ ਨੇ ਜੀ, ਕਈ ਵਾਰੀ 2-3 ਪਾਰਟੀਆਂ ਇਕੱਠੀਆਂ ਹੋ ਜਾਂਦੀਆਂ ਨੇ, ਉੱਥੇ ਫਿਰ ਵੀ ਇਹਨੇ 15 ਮਿੰਟ ਇਹਨੇ ਲਾ ਲਏ, 15 ਇਹਨੇ ਲਾ ਲਏ, ਇਹਨੇ ਆਹ ਗਲੀ ਲਾ ਦੀ, ਅਸੀਂ ਆਹ ਲਾਵਾਂਗੇ, ਦੂਆ ਤੁਸੀਂ ਦੂਆ ਵੀ ਕਹਿੰਦਾ ਸੁਣਨ ਵਾਲਾ ਵੀ ਤੁਸੀਂ ਆਹ ਸੁਣਾਇਓ ਸਾਨੂੰ। ਬਾਕੀ ਸਾਡੇ ਇਹ ਪੁਰਾਤਨ ਸੱਭਿਆਚਾਰ ਦੀਆਂ ਪਾਰਟੀਆਂ ਸਿਰਫ ਸਾਡੇ ਪੰਜਾਬ ਦੇ ਵਿੱਚ 3-4 ਕੇ ਨੇ, ਸਿੱਖ ਇਤਿਹਾਸਕ ਬਹੁਤ ਨੇ, ਇਹਦੇ ਵਿੱਚ ਸਿਰਫ 3-4 ਕੇ।
ਪਹਿਲਾਂ ਤਾਂ ਆਪਣੇ ਬੱਚਿਆਂ ਨੂੰ ਕਹਿਣਾ ਜੀ, ਆਪਣੇ ਪੋਤਿਆਂ ਨੂੰ ਵੀ ਦਿਲ ਲਾ ਕੇ ਸਿੱਖੋ। ਕਈ ਵਾਰੀ ਇਹਨਾਂ ਦਾ ਵੀ ਮਨ ਹੋ ਜਾਂਦਾ ਵੀ ਇਹਦੇ ਵਿੱਚ ਹੁਣ ਅਸੀਂ ਵਿਹਲੇ ਬੈਠੇ ਹਾਂ, ਜਿਹੜਾ ਕੰਮ ਰੋਜ਼ ਦਾ ਹੈ, ਰੋਜ਼ ਦੀ ਕੋਈ ਦਿਹਾੜੀ ਆ ਜਾਂ ਪੈਸਾ ਆਉਂਦਾ, ਉਹਦੇ ਵਿੱਚ ਮਨ ਖੁਸ਼ ਰਹਿੰਦਾ। ਵਿਹਲੇ ਬੈਠੇ ਹਾਂ, ਘਰ ਦੇ ਵਿੱਚ ਕੋਈ ਜੀਵ ਨਹੀਂ ਲੱਗਦਾ, ਕੰਮ ਨਾ ਆਵੇ, ਇੱਕ ਗੱਲ ਹੋ ਗਈ। ਚਲੋ ਫਿਰ ਵੀ ਇਹ ਸਾਡਾ ਕਹਿਣਾ ਮੰਨ ਕੇ ਨਾਲ ਸਾਡੇ ਲੱਗਦੇ ਨੇ, ਇਸ ਨੂੰ ਕੰਮ ਨੂੰ ਸੰਭਾਲ ਰਹੇ ਨੇ, ਚੱਲ ਰਹੇ ਨੇ। ਜਿਹੜੀ ਹੁਣ ਸਾਡੀ ਸੰਦੇਸ਼ ਦੀ ਗੱਲ ਹੈ ਜੀ, ਸੰਦੇਸ਼ ਤਾਂ ਅਸੀਂ ਇਹੀ ਕਹਿੰਦੇ ਹਾਂ ਵੀ ਪੁਰਾਤਨ ਸੱਭਿਆਚਾਰ ਨੂੰ, ਆਪਣੇ ਨੂੰ, ਸਾਡੇ ਸੰਸਾਰ ਨੂੰ, ਸਾਡੇ ਪੰਜਾਬ ਨੂੰ ਸੰਭਾਲਣਾ ਚਾਹੀਦਾ, ਜਿਹੜੀ ਕਿ ਪੁਰਾਣੀ ਸਭਿਅਤਾ ਸਾਡੀ ਚੱਲਦੀ ਰਹੇ ਅਤੇ ਨਾਲ ਸਾਡਾ ਵੀ ਰਿਜਕ ਚੱਲਦਾ ਰਹੇ। ਹੁਣ ਅਸੀਂ ਤਾਂ ਮਹਾਰਾਜ ਜਿੱਥੇ ਜਾਣਾ ਰੱਬ ਨੇ ਲਿਜਾਣਾ ਉੱਥੇ ਹੀ ਲੈ ਜਾਣਾ ਉਹਨੇ। ਅਸੀਂ ਤਾਂ ਸਾਡੀ ਤਾਂ ਉਮਰ ਦਿਨੋਂ ਦਿਨ ਨਦੀ ਕਿਨਾਰੇ ਰੁਖੜਾ ਹੋਇਆ ਵਾ। ਬਾਕੀ ਇਹਨਾਂ ਬੱਚਿਆਂ ਨੂੰ ਜੇ ਗਾਉਣ ਦਾ ਪ੍ਰੋਗਰਾਮ ਦਾ ਸਾਡੀ ਸਰਕਾਰ ਇਹਨਾਂ ਨੂੰ ਕੋਈ ਨੌਕਰੀਆਂ ਦੇਵੇ, ਇਹਨਾਂ ਨੂੰ ਕੋਈ ਆਪਣੇ ਲੜ ਲਾਵੇ ਤਾਂ ਇਹ ਹੋਰ ਨਹੀਂ, ਜੇ ਬੱਚਿਆਂ ਨੂੰ ਸਿਖਾਉਣ ਵਾਸਤੇ ਹੀ ਜਾਂ ਪਿੰਡਾਂ ਦੇ ਵਿੱਚ ਇਹ ਕਲਾ ਨੂੰ ਜਿਉਂਦਾ ਰੱਖਣ ਵਾਸਤੇ ਇਹਨਾਂ ਪਾਰਟੀਆਂ ਨੂੰ ਭੇਜਦੇ ਰਹਿਣ ਤਾਂ ਕਿ ਕਲਾ ਜਿਉਂਦੀ ਰਹੇ, ਸਾਡਾ ਵੀ ਉਤਸ਼ਾਹ ਵੱਧਦਾ ਰਹੇ, ਸਾਡਾ ਵੀ ਪ੍ਰੋਗਰਾਮ ਚੱਲਦਾ ਰਹੇ। ਸੱਭਿਆਚਾਰ ਜਿਉਂਦਾ ਇਹ ਤਾਂ ਹੀ ਰਹਿ ਸਕਦਾ ਹੈ। ਬਹੁਤ ਬਹੁਤ ਧੰਨਵਾਦ। ਵਿਦੇਸ਼ਾਂ 'ਚ ਬੈਠੇ ਨੇ ਉਹਨਾਂ ਦੀ ਸੇਵਾ ਦੇ ਵਿੱਚ ਵੀ ਸਾਡੇ ਇਹ ਪੰਜਾਬੀ ਵੀਰਾਂ ਨੇ, ਨਗਰ ਬਰਮਾਲੀ ਪਰ ਵਾਲੇ ਅਤੇ ਇੱਧਰ ਸਾਡੇ ਹਰਮਨ ਪਿਆਰੇ ਸਰਾਣੇ ਵਾਲੇ ਅਤੇ ਇੱਧਰ ਬਾਈ ਜੀ ਆਪਣੇ ਰਾਏਕੋਟ ਦੇ ਇਲਾਕਾ, ਇਹਨਾਂ ਵੀਰਾਂ ਨੇ ਇਕੱਠਿਆਂ ਹੋ ਕੇ ਇੱਕ ਰੀਲ ਤਿਆਰ ਕਰ ਰਹੇ ਨੇ ਜਿਹੜਾ ਕਿ ਤੁਹਾਡੇ ਸਾਹਮਣੇ ਲਿਸ਼ਕਾਣੀ ਵਾਲੇ ਕਲੀ ਹੀਰ ਦੀ ਲਾ ਕੇ ਇਹ ਇਉਂ ਦੱਸ ਰਹੇ ਨੇ ਜੀ। ਪੰਜੇ ਪੰਜੇ ਵੀਰ ਗੁਣੇ ਮਿਲ ਗਏ ਜਾਗ ਨੂੰ ਵੀਰ ਗੁਣੇ।